संगरूर के लहरा गागा के नजदीकी गांव खोखर कला में सांझी दीवार को लेकर हुए झगड़े में एक व्यक्ति की मौत हो गई। मृतक के परिजनों के मुताबिक करीब एक साल पहले उनके पड़ोसी ने अपना नया घर बनाते समय सांझी दीवार बनाने को लेकर 10,000 रुपए देने की बात कही थी। पिछले लंबे समय से वे पैसे देने के लिए बहाने बना रहा था। बीती शाम इस बात को लेकर विवाद बढ़ने के बाद हुए झगड़े में पड़ोसी ने उसकी गर्दन पर गंडासा मारा, जिसके बाद गंभीर जख्मी हालत में उन्हें लहरा गागा अस्पताल ले जाया गया। उसकी गंभीर हालत को देखते हुए डॉक्टरों ने संगरूर अस्पताल रेफर कर दिया, जहां पर उनकी मृत्यु हो गई। वहीं पुलिस द्वारा इस मामले में अगली कार्रवाई शुरू कर दी गई। पिता की मौत ही अपना साड़ी कंध का रौला थी करमजीत नाली। मेरे पिता दे उन्हें गडासा मारिया, कंध के सीर दे सी थौं दे 10,000 रुपया मांगते थे, उन्हें गडासा मारिया। फिर असी जो गडासा मारिया असी लहरे उन्होंने अस्पताल च दाखिल करिया, उन्होंने संगरूर भेजता। संगरूर उसकी रात में कल 2:30 बजे मौत हो गई। की असल च मामला की सी पीड़ा? मामला जी कंध का रौला थी। किन्ने टाइम देने लगा थे? ਉਹਨੂੰ ਸਾਲ ਭਰ ਹੋ ਗਿਆ ਜੀ ਕੋਠੀ ਪਾਈ ਨਹੀਂ, ਉਦੋਂ ਦਾ ਉਹਨੇ ਕੰਧ ਕੱਟ ਲਈ ਸੀ, ਕਹਿੰਦਾ ਠਹਿਰ ਕੇ ਦੇਊਂਗਾ ਪੈਸੇ। ਇਹ ਆਏ ਵੀ ਕਦੋਂ ਮੰਨ ਲਓ ਅਸੀਂ ਇਹ ਥਾਂ ਮਿਣ ਕੇ ਛੱਡ ਕੇ ਗਏ ਸੌਂਗੀ ਨੂੰ, ਮੰਨ ਲਾ ਮਾਇਆ ਉਹਦੇ ਹੱਥੀ ਥਾਂ ਦਿੱਤਾ ਲੈ ਕੇ, ਇਹਦੇ ਨਾਲ ਕੰਧ ਨਾਲ ਥਾਂ ਛੱਡਿਆ ਹੋਇਆ। ਉਹ ਮੰਨ ਲਾ ਕੰਧ ਵੀ ਇਹ ਕਿਹੜੀ ਇਕੱਲੇ ਦੀ ਇਹਦੀ, ਉਹ ਵੀ ਲੈਣ ਦੇਣ ਕਿਸੇ ਦਾ। ਮੰਨ ਲਓ ਵੀ ਇਹ ਕਿਹੜਾ ਕਰਮਜੀਤ ਆ ਜੀ ਪੁਲਿਸ ਮੁਲਾਜ਼ਮ, ਇਹ ਮੰਨ ਲਾ ਧੱਕਾ ਸਾਹੀ ਨਾਲ ਇਹਦੇ ਕੰਧ ਉੱਤੇ ਧਰੇ। ਕੱਲ੍ਹ ਮੰਨ ਲਓ ਕਿਹੜੀ ਗੱਲ ਹੋਈ ਇਹਨਾਂ ਦੀ, ਉਹ ਬੰਦੇ ਨੇ ਕੀ ਕਰਿਆ ਜੀ ਆ ਕੇ ਇਹਦੇ ਤਗੜਾਸਾ ਮਾਰੇ ਧੌਣ 'ਚ, ਗੜਾਸੇ ਤੋਂ ਬਾਅਦ ਉਹਨੂੰ ਥੱਲੇ ਛਿੱਟ ਲਏ, ਥੱਲੇ ਛਿੱਟ ਕੇ ਲੱਤ ਦੇ ਲੱਤ ਧਰ ਕੇ ਢਿੱਡ ਦੇ ਉੱਪਰ ਅਤੇ ਧੌਣ ਮਰੋੜ ਦਿੱਤੀ। ਕੁਛ ਨਹੀਂ ਦਿੱਤਾ ਜੀ, ਕੋਈ ਮੰਨ ਲਾ ਕਿਹੜਾ ਸਾਡਾ ਥਾਂ ਪਿਆ ਜੀ ਨਾਲ, ਕੋਈ ਪੈਸੇ ਦਿੱਤਾ ਸਾਨੂੰ, ਕੋਈ ਇਹਨੇ ਕੰਧ ਸੀ ਨਹੀਂ ਦਿੱਤਾ ਸਾਨੂੰ। ਮੰਨ ਲਾ ਬੰਦਾ ਧੱਕਾ ਸਾਹੀ ਨਾਲ ਕੰਧ ਰਹੇ, ਮੰਗ ਤਾਂ ਜੀ ਹੁਣ ਤੁਸੀਂ ਆਪ ਹੀ ਦੇਖ ਲਓ ਹੁਣ ਬਈ, ਕਦੋਂ ਬੰਦਾ ਧੱਕਾ ਸਾਹੀ ਨਾਲ ਇੰਨਾ ਅੱਜ ਆ ਕੇ ਸਾਨੂੰ ਮਾਰ ਰਿਹਾ, ਅੱਜ ਆ ਕੇ ਇੰਨਾ ਮਾਰ ਰਿਹਾ, ਅਤੇ ਦੇਖੋ ਹੁਣ ਕਾਹਦੀ ਮੰਗ ਹੋਈ ਸਾਡਾ ਸਮਾਜ ਮਿਲੇ ਮਿਲ। ਕਦੋਂ ਅੱਜ ਸਾਡੇ ਪੁਲਿਸ ਮੰਨ ਲਓ ਜਾਂ ਫੌਜੀ ਮੰਨ ਲਓ, ਕਦੋਂ ਸਾਡੇ ਘਰ ਦੇ ਵਿੱਚ ਹੀ ਆ ਕੇ ਇਸ ਤਰ੍ਹਾਂ ਇਸ ਕਰ ਸਕਦੇ, ਤੇ ਕੱਲ ਨੂੰ ਮੰਨ ਲਓ ਕੁਛ ਵੀ ਕਰ ਸਕਦੇ ਜੀ, ਫਿਰ ਕੱਲਾ ਜਵਾਕ ਆ ਸਾਡੇ ਕੱਲ ਮਗਰ ਵੀ। ਇਹ ਰੁਕਾ ਮਿਲਿਆ ਸੀ ਜੀ ਅੱਜ ਮਾਰਨਿੰਗ ਟਾਈਮ ਤੇ, ਵੀ ਰਾਤ ਇੱਕ ਵਿਅਕਤੀ ਆ ਸੋਨਾ ਖਾਨ ਸਨ, ਉਹ ਮੇਹਰ ਖਾਨ 65 ਸਾਲ ਉਮਰ ਹੈ ਜੀ, ਖੋਖਰ ਕਲਾਂ ਪਿੰਡ ਦਾ, ਮਿਹਨਤ ਮਜ਼ਦੂਰ ਦਾ ਕੰਮ ਕਰਦਾ ਸੀ ਵੀ। ਇਹ ਪਹਿਲਾਂ ਸੱਟਾਂ ਲੱਗਣ ਕਰਕੇ ਇਹ ਦਾਖਲ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੀ ਹੈਗੀ ਆ ਇਹਦੀ ਸੰਗਰੂਰ ਸਿਵਲ ਹਸਪਤਾਲ ਆ ਕੇ ਮੌਤ ਹੋ ਗਈ ਹੈ। ਪਤਾ ਲੱਗਿਆ ਕਿ ਇਹ ਜਿਹੜਾ ਮਾਮਲਾ ਲੜਾਈ ਝਗੜੇ ਦਾ, ਅਤੇ ਉਹਦੇ ਸੰਬੰਧ ਦੇ ਵਿੱਚ ਮੈਂ ਇੱਥੇ ਆਇਆ ਇਹਨਾਂ ਦੇ ਪਰਿਵਾਰ ਤੋਂ ਪੁੱਛਗਿੱਛ ਕਰਕੇ, ਜਿਹੜਾ ਬਣਦਾ ਜਿਹੜਾ ਗਾ ਬਿਆਨ ਲਿਖ ਕੇ ਅਤੇ FIR ਦਰਜ ਕਰਕੇ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਊਗੀ।